ਤਰਤਾਲੀ ਦਾ ਫਾਈਨਲ, ਤਰਤਾਲੀ ਦਾ ਫਾਈਨਲ ਖੇਡਿਆ ਜਾ ਰਿਹਾ। ਲਓ ਜੀਤੇ ਵੱਲੋਂ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ, ਲਵੀ ਨੰਦੀ ਪਰਸਾਂ ਦਿੱਤੀਆਂ ਜਾਣੀਆਂ ਫਾਈਨਲ ਦੇ ਵਿੱਚ, ਫਾਈਨਲ ਦੇ ਵਿੱਚ ਮੈਨੂੰ ਲੱਗਦਾ ਵੀ ਪਰਸਾਂ ਦਿੱਤੀਆਂ ਜਾਣੀਆਂ। ਪਰ ਆਹ ਵੇਖੀਏ ਸਾਹਮਣੇ, ਲਓ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ, ਕਿਆ ਬਾਤ ਹੈ। ਇਹਨੂੰ ਪਿਸਟਲ ਕਹਿੰਦੇ, ਜੋੜਕੀਆਂ ਵਾਲਾ ਪਿਸਟਲ, ਇਸ ਸਮੇਂ ਕਹਿੰਦੇ ਚੋਟੀ ਦਾ ਜੱਫਾ ਲਾ ਗਿਆ। ਪਿਸਟਲ ਤਾਂ ਮਿਲਣ ਬਜ਼ਾਰੋਂ ਜਿਗਰੇ ਨਾਲ ਮਿਲਦੇ ਜੀ। ਊਧਮ ਸਿੰਘ ਨੇ ਮਾਰੀ ਗੋਲੀ ਸਿੱਧੀ ਵਿੱਚ ਦਿਲਦੇ ਜੀ, ਊਧਮ ਸਿੰਘ ਨੇ ਮਾਰੀ ਗੋਲੀ ਸਿੱਧੀ ਵਿੱਚ ਦਿਲਦੇ ਜੀ। ਲੈ ਪਿਸਟਲ ਇੱਕ ਢੰਡਰਾਣਾ ਧਰਤੀ ਦਾ, ਇੱਕ ਪਿਸਟਲ ਦੌੜ ਪਿੰਡਦਾ ਰਜਨੀ ਦਾ ਸਟਾਰ ਹੈ, ਆਹ ਦੋਵੀ ਜੋੜਕੀਆਂ ਵਾਲਾ। ਲੈ ਗੱਭਰੂ ਕਹਿੰਦੇ ਕਬੱਡੀ ਪਾ ਰਿਹਾ, ਖੇਡ ਮੈਦਾਨ ਦੇ ਅੰਦਰ ਗੁੱਟ ਫੜਿਆ ਜੀਤੇ ਵਾਲਾ ਇਕੱਲਾ ਹੀ ਆ। ਇੱਕ ਵਾਰੀ ਤਾੜੀਆਂ ਮਾਰ ਦੇ, ਨਹੀਂ ਉਹ ਰੁੱਸਾ ਲੱਗਦਾ ਜੀ। ਹੁਣ ਗੱਲ ਬਣੀ ਹੈ, ਹੁਣ ਗੱਲ ਬਣੀ ਹੈ। ਲਓ ਉਧਰਲੇ ਪਾਸੇ ਦੇਖਾਂਗੇ, ਚੋਟੀ ਦਾ ਜੱਫਾ ਖੇਡ ਮੈਦਾਨ ਦੇ ਅੰਦਰ ਜੀਤੇ ਅਤੇ ਗੱਭਰੂ ਨੂੰ ਲਾ ਦਿੱਤਾ। ਜੀਤੇ ਤੇ ਚੋਟਕੀਆਂ ਦਾ ਮੈਚ ਚੱਲ ਰਿਹਾ ਹੈ, ਕਿਆ ਬਾਤ ਹੈ। ਦੋਵੇਂ ਤਿੰਨ ਤਿੰਨ ਕੋਚ ਆਏ ਹੋਏ ਹੈ। ਸਾਰੀ ਉਮਰ ਯਾਦ ਰੱਖਣਗੇ ਵੀ ਜੀਤੇ ਵਾਲਾ ਟੀਕੇ ਆਇਆ ਹੋਇਆ, ਜੀਤੇ ਵਾਲਾ ਟੀਕੇ ਆਇਆ ਹੋਇਆ। ਇੱਕ ਅਮੀਰ ਖਾਨ ਦੀ ਫਿਲਮ ਟੀਕੇ ਤੇ ਅੱਜ ਜੀਤੇ ਵਾਲਾ ਟੀਕੇ, ਬੋਵੀ ਤੇ ਟੀਕੇ, ਬੋਵੀ ਤੇ ਟੀਕੇ ਦੀ ਟੱਕਰ। ਜਿਹੜੇ ਤਾੜੀਆਂ ਚ ਲੋਕ ਲਾਉਂਦੇ ਤਾੜੀਆਂ, ਪਾਣੀ ਸਾਡੇ ਪੀਤੇ ਹੋਇਆ, ਸਿਰ ਕੱਢ ਮੇਰ ਕਾਰ ਪੈਦਾ ਕੀਤੇ ਹੋਇਆ, ਸਿਰ ਕੱਢ ਮੇਰ ਕਾਰ ਪੈਦਾ ਕੀਤੇ ਹੋਇਆ। ਮੈਚ ਕਹਿੰਦਾ ਪੜਾਕੇ ਪਾ ਰਹੇ, ਉਹ ਅੱਗ ਨਿਕਲ ਰਹੀ ਹੈ, ਉਹ ਅੱਗ ਨਿਕਲ ਰਹੀ ਹੈ। ਅੱਜ ਕਾਨੇ ਵਾਲੀ ਪਿੰਡ ਦੇ ਵਿੱਚ ਬਾਬਾ ਦਿਆਲ ਦਾਸ ਮਾਨ ਸਿੰਘ ਵਾਲੇ ਦਾ ਮੈਚ ਮਚਾਕੀ ਦੇ ਨਾਲ, ਇਹ ਟੀਮਾਂ ਦੀ ਤਿਆਰੀ ਕਰ ਰਿਹਾ। ਉਹ ਕੌਣ ਆ ਗਿਆ, ਆਵਾਜ਼ ਆਈ ਨੀ, ਕੌਣ ਆ ਗਿਆ, ਉਹ ਕੌਣ ਆ ਗਿਆ, ਟੀਕੇ ਆ ਗਿਆ, ਟੀਕੇ ਆ ਗਿਆ। ਪਰ ਇਹ ਆਇਆ ਸੋਫੀ ਆ, ਟੀਕੇ ਦੇ ਅੱਜ ਕਈ ਹੋਣੇ ਹੈ। ਹੁਣ ਤਾੜੀ ਆ ਰਹੇ ਲਈ ਨੀ ਮਾਰਦੇ, ਕੋਈ ਗੱਲ ਨੀ। ਇਹ ਸਾਡੀ ਖੇਡ ਕਬੱਡੀ, ਇੱਕੋ ਜਿਹਾ ਸਰੀਰ, ਇੱਕੋ ਜਿਹੇ ਬਦਨ ਤੇ ਇੱਕੋ ਜਿਹੀ ਮਨਿਆਰ ਰੱਖਣੀ ਹੈ ਆਪਾਂ। ਲਓ ਵਾਹਿਗੁਰੂ ਮਿਹਰ ਕਰੇ, ਠੰਡੇ ਠਾਰ ਪਾਣੀ ਦੀ ਘੁੱਟ ਭਰੀ ਹੈ। ਸਖੀਏ ਸਹੇਲੀਏ ਨੀ, ਗੁਰਾਂ ਦੀ ਚੇਲੀਏ, ਘੋਲ ਕੇ ਪਿਆਰੇ ਕੋਈ ਤਵੀਤ, ਜਾਂ ਤੇ ਸਾਨੂੰ ਯਾਰ ਦਾ ਪਿਆਰੇ ਪਾਣੀ ਜੂਠਾ, ਜਿਹਨੂੰ ਪੀ ਕੇ ਹੋ ਜਾਂਦਾ ਵੀ ਠੰਡੀ ਸੀਤ। ਸਖੀਏ ਸਹੇਲੀਏ ਨੀ, ਗੁਰਾਂ ਦੀ ਚੇਲੀਏ, ਆ ਤਾਜੇ ਦਾ ਚੂਰ ਵੀ ਕੰਮ ਕਰਦਾ। ਲਓ ਦੇਖੋ ਸਾਹਮਣੇ ਮਾਰੇ ਭਾਈਕੇ ਵਾਲਿਆ, ਉਹ ਫੈਸਲੇ ਸੋਚ ਸਮਝ ਕੇ ਇੱਕ ਪਾਸੇ।
ਗੱਲ ਹੁਣ ਬਣੀ ਗੱਲ ਵਾਹਿਗੁਰੂ ਹੈ ਵਾਹਿ ਪੀ ਕੇ ਮੇਲਾ ਲੁੱਟ ਲਿਆ ਨੌਜਵਾਨਾਂ ਸਾਰਾ ਮੇਲਾ ਤੂੰ ਲੁੱਟਿਆ ਉਹ ਕਿੰਨੂ ਵੀ ਕਿਸੇ ਨੇ ਲੁੱਟ ਲੈਣਾ ਹੈ ਸਾਰਾ ਮੇਲਾ ਕਿਆ ਬਾਤ ਹੈ ਸਾਊਂਡ ਵਾਲੇ ਨੂੰ ਵੀ ਹੁਣ ਦਿੱਤਾ ਹੈ ਮੇਰੇ ਸਿਰ ਜੇ ਡਾਊਨ ਹੋ ਗਏ ਹਾਂ ਵਾਹਿਗੁਰੂ ਮਿਹਰ ਕਰੇ ਨਹੀਂ ਦੋ ਕੁ ਬਕਸੇ ਕੱਲ ਨੂੰ ਵਧਾ ਦੀ ਭਰਾ ਲੜਕੇ ਸਾਊਂਡ ਵਾਲਿਆ ਕਿਉਂਕਿ ਲਗਾਤਾਰ ਮੈਚ ਹੈ ਕੱਲ ਨੂੰ ਇੱਥੇ ਹੈ ਪਰਸੋਂ ਤੁਹਾਡੇ ਨਾਲ ਦੇ ਪਿੰਡ ਕਬਰ ਵਾਲੇ ਹੈ 25 ਨੂੰ ਰੌਣਕਾਂ ਕਹਿੰਦੇ ਕਾਲਵਾਂ ਦੇ ਉੱਤੇ ਲੱਗਣੀਆਂ 26 ਨੂੰ ਮਿਲਾਂਗੇ ਜਗਤ ਸਿੰਘ ਵਾਲੇ ਤੇ ਫਿਰ ਮੇਰੇ ਪਿੰਡ ਢੀਮਾ ਵਾਲੇ ਕਹਿੰਦੇ ਮੇਰੇ ਵੀਰੇ 28 ਤਰੀਕ ਤੱਕ ਮੇਲਾ ਚੱਲਣਾ ਹਾਂ ਬੰਬੀ ਨੂੰ ਧੱਕਾ ਮਾਰ ਕੇ ਕੀਤਾ ਘਰੋਂ ਬਾਹਰ ਲੈ ਨੰਬਰ ਐਸੇ ਨੇ ਕਹਿੰਦੇ ਜਾਫੀਆਂ ਦੇ ਖਾਤੇ ਜਾ ਜੁੜੇ ਆ ਆਓ ਵੇਖੋ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਪੀ ਕੇ ਫਿਰ ਆ ਗਿਆ ਪੀ ਕੇ ਫਿਰ ਆ ਗਿਆ ਪੀ ਕੇ ਫਿਰ ਆ ਗਿਆ ਜੇ ਕਹੀਏ ਨਾ ਪੀ ਕੇ ਫਿਰ ਆ ਗਿਆ ਪਰ ਆਸੇ ਪਾਸੇ ਵਾਲੇ ਕਹਿਣਗੇ ਰੀੜ ਜਾ ਰਿਹਾ ਪੀ ਕੇ ਆ ਗਿਆ ਪਰ ਆਇਆ ਸੋਫੀਆ ਦਾ ਨਾਂ ਪੀ ਕੇ ਹੈ ਲਓ ਦੇਖੋ ਸਾਹਮਣੇ ਕਹਿੰਦੇ ਪਾਈ ਹੋਈ ਕਬੱਡੀ ਤੂਫਾਨ 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 ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਵਾਹ ਤੂਫਾਨ ਲਓ ਇਹ ਵੀ ਕਹਿੰਦੇ ਕਾਫੀ ਟੀਮਾਂ ਚੋਂ ਨਿਕਲ ਕੇ ਦੋ ਟੀਮਾਂ ਫਾਈਨਲ ਦੇ ਵਿੱਚ ਪੁੱਜੀਆਂ ਨੇ ਮੇਰੇ ਵੀਰੋ ਵਾਹਿਗੁਰੂ ਮਿਹਰ ਕਰੇ ਬਾਬਾ ਭਗਤ ਸਿੰਘ ਜੀ ਮਹਾਂਪੁਰਸ਼ਾਂ ਦੀ ਕਹਿੰਦੇ ਕਿਰਪਾ ਹੈ ਜਿਵੇਂ ਕਹਿੰਦੇ ਹੋਏ ਮਹਾਂਪੁਰਸ਼ਾਂ ਦੀ ਕਿਰਪਾ ਹੋ ਜਾਏ ਤੇ ਫਿਰ ਵਾਰੇ ਨਿਆਰੇ ਹੋ ਜਾਂਦੇ ਹੈ ਫਿਰ ਵਾਰੇ ਨਿਆਰੇ ਹੋ ਜਾਂਦੇ ਆ ਮਾਨ ਸਿੰਘ ਵਾਲਾ ਤੇ ਮਚਾਕੀ ਮਾਨ ਸਿੰਘ ਇਹ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਰੈਡੀ ਕਰ ਲੈਣ ਲਓ ਟੱਕਰ 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 ਇੱਥੇ ਇੱਥੇ ਲੈ ਗਿਆ ਓਏ ਤੋ ਕਿਵੇਂ ਲੱਗਿਆ ਮੈਚ ਫਿਰ ਕਰੀ ਕਿਆ ਬਾਤ ਹੈ ਦੇਖ ਬਾਈ ਪ੍ਰੇਮੀ ਪ੍ਰਧਾਨ ਜੀ ਆਹ ਕਬੱਡੀ ਦਾ ਸਵਾਦ ਹੈ ਅੱਜ ਮੇਰੇ ਵੀਰੇ ਆਹ ਕਬੱਡੀ ਦਾ ਸਵਾਦ ਹੈ ਜੀਤੇ ਦੇ ਨੰਬਰ ਨੇ 6 ਨੰਬਰ ਨੇ ਜੀਤੇ ਦੇ 4.5 ਨੰਬਰ ਨੇ ਜੋੜਕੀਆਂ ਦੇ 5 ਰੇਡਾਂ ਪੀ ਕੇ ਨੇ ਪਾਈਆਂ 3 ਨੰਬਰ ਹਾਸਲ ਕੀਤੇ ਆ ਮਾਨਕ ਪਿੰਡੀ ਵੱਲੋਂ 100 ਰੁਪਇਆ ਪੀ ਕੇ ਦੇ ਲਈ ਬੋਵੀ ਨੇ 5 ਰੇਡਾਂ ਪਾਈਆਂ 2 ਨੰਬਰ ਹਾਸਲ ਕੀਤੇ ਆ ਪੀ ਕੇ ਦੇ 5 ਟੱਚ ਦੇ 3 ਜੱਫੇ ਆ ਪਿਸਟਲ ਦੇ 3 ਟੱਚ ਦੇ 2 ਜੱਫੇ ਆ ਮੈਨੂੰ ਲੱਗਦਾ ਵੀ ਦੋਵੇਂ ਪ੍ਰਸਾਦ ਪੀ ਕੇ ਲੈ ਗਿਆ ਰੇਡਰ ਵੀ ਉਹੀ ਤੇ ਜਾਫੀ ਵੀ ਉਹੀ ਰੇਡਰ ਵੀ ਉਹੀ